ਨੇੜੇ ਇੱਕ ਪਾਇਲਟ ਪ੍ਰੋਜੈਕਟ ਜੋ ICMR ਦੀ ਔਰ ਏਮਸ ਦੀ ਮਦਦ ਨਾਲ DMC ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਇਨਸਾਨੀਅਤ ਦੀ ਸੇਵਾ ਦਾ ਮਨੁੱਖਤਾ ਦੀ ਸੇਵਾ ਦਾ ਜਿਹਦੇ ਨਾਲ ਜਾਨਾਂ ਬਚ ਸਕਦੀਆਂ ਇੱਕ 30,000 ਰੁਪਏ ਦਾ ਮਹਿੰਗਾ ਟੀਕਾ ਫ੍ਰੀ ਆਫ ਕਾਸਟ ਜੇ ਟਾਈਮਲੀ ਪੇਸ਼ੈਂਟ ਪਹੁੰਚ ਜਾਏ ਔਰ ਉਹਨੂੰ ਡਾਇਗਨੋਸ ਹੋ ਜਾਏ ਉਹਨੂੰ ਇਹ ਮਦਦ ਮਿਲ ਜਾਏ ਮਤਲਬ ਹੁੰਦਾ ਕਿ ਜਿਹੜੀ ਖੂਨ ਦੀ ਜਿਹੜੀ ਨਾੜੀ ਹੈ ਹਾਰਟ ਦੀ ਉਹ ਬੰਦ ਹੋ ਜਾਂਦੀ ਹੈ ਅਤੇ ਆਪਾਂ ਨੂੰ ਪਤਾ ਕਿ ਹਾਰਟ ਅਟੈਕ ਜਦੋਂ 100% ਨਾੜੀ ਬੰਦ ਹੁੰਦੀ ਹੈ ਜੇ ਉਹਨੂੰ ਅਸੀਂ ਕਲੋਟ ਜੰਮ ਜਾਂਦਾ ਜੇ ਉਸ ਕਲੋਟ ਨੂੰ ਆਪਾਂ ਬਸਟ ਨਾ ਕਰੀਏ ਕੈਮੀਕਲੀ ਕਿਸੇ ਸਟਰੋਂਗ ਦਵਾਈ ਨਾਲ ਜਾਂ ਮਕੈਨੀਕਲੀ ਸਕੈਨ ਨਾਲ 12 ਘੰਟਿਆਂ ਤੋਂ ਬਾਅਦ ਆ ਜਾਂਦਾ ਤਾਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਓ ਚਾਹੇ ਨਾ ਆਓ ਤਾਂ ਕਿਉਂਕਿ ਜਿਹੜੀ ਡੈਥ ਹੈਗੀ ਉਹ ਬਹੁਤ ਜ਼ਿਆਦਾ ਮਜ਼ਬੂਤ ਹੈ जन हितैषी जन जन की बात जन हितैषी के साथ ਸ਼ਿਕਲ ਸਾਰਿਆਂ ਨੂੰ ਮੈਂ ਤੁਹਾਡਾ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਜਨ ਹਿਤੈਸ਼ੀ ਲੁਧਿਆਣਾ ਦੇ ਬਚਤ ਭਵਨ ਦੇ ਵਿੱਚ ਅੱਜ DMC ਮੈਨੇਜਮੈਂਟ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਹੈਲਥ ਦੇ ਰਿਗਾਰਡਿੰਗ ਲੋਕਾਂ ਨੂੰ ਕਾਫੀ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ ਇੱਥੇ ਔਰ ਉਹਨਾਂ ਨੇ ਦੱਸਿਆ ਕਿ ICM ਮਾਰਕ ਪ੍ਰੋਜੈਕਟ ਵੀ ਇੱਥੇ ਲਾਂਚਿੰਗ ਕੀਤੀ ਜਾ ਰਹੀ ਹੈ ਔਰ ਇਸ ਲਾਂਚਿੰਗ ਦੇ ਵਿੱਚ ਅੱਜ ਚੀਫ ਗੈਸਟ ਦੇ ਰੂਪ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਵੀ ਮੌਜੂਦ ਨੇ ਤੇ ਜਾਣਦੇ ਆ ਉਹਨਾਂ ਨੇ ਕੀ ਵੱਡਾ ਉਪਰਾਲਾ ਅੱਜ ਜਿਹੜੇ ਇੱਕ ਪਾਇਲਟ ਪ੍ਰੋਜੈਕਟ ਜੋ ICMR ਦੀ ਔਰ ਏਮਸ ਦੀ ਮਦਦ ਨਾਲ DMC ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ ਹਾਰਟ ਅਟੈਕ ਦੇ ਰੇਟ ਨੂੰ ਘਟਾਉਣ ਵਾਸਤੇ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਹੈ ਇਨਸਾਨੀਅਤ ਦੀ ਸੇਵਾ ਦਾ ਮਨੁੱਖਤਾ ਦੀ ਸੇਵਾ ਦਾ ਜਿਹਦੇ ਨਾਲ ਜਾਨਾਂ ਬਚ ਸਕਦੀਆਂ ਇੱਕ 30,000 ਰੁਪਏ ਦਾ ਮਹਿੰਗਾ ਟੀਕਾ ਫ੍ਰੀ ਆਫ ਕਾਸਟ ਜੇ ਟਾਈਮਲੀ ਪੇਸ਼ੈਂਟ ਪਹੁੰਚ ਜਾਏ ਔਰ ਉਹਨੂੰ ਡਾਇਗਨੋਸ ਹੋ ਜਾਏ ਉਹਨੂੰ ਇਹ ਮਦਦ ਮਿਲ ਜਾਏ ਤਾਂ ਇੱਕ ਕੀਮਤੀ ਜਾਨ ਬਚ ਸਕਦੀ ਹੈ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਇਸ ਨੂੰ ਸਿੰਪਲ ਤਰੀਕੇ ਨਾਲ ਕਿਸ ਤਰੀਕੇ ਲੋਕਾਂ ਨੂੰ ਸਮਝਾਉਣਾ ਲੋਕਾਂ 'ਚ ਅਵੇਅਰਨੈਸ ਕਰਨੀ ਹੈ ਮੈਂ ਇਸ ਤੋਂ ਬਾਅਦ ਰਿਕੁਐਸਟ ਵੀ ਕਰੂੰਗਾ ਡਾਕਟਰ ਵਿਸ਼ਮ ਮੋਹਨ ਹੋਣਾ ਨੂੰ ਉਹ ਇਹਦੇ 'ਤੇ ਥੋੜ੍ਹਾ ਜਿਹਾ ਬਰੀਫ ਲੋਕਾਂ ਨੂੰ ਕਰਨ ਕਿਉਂਕਿ ਬਹੁਤ ਵੱਡਾ ਉਪਰਾਲਾ ਔਰ ਇਹ ਮਦਦ ਹੋਏਗੀ ਸਾਰੇ ਮੀਡੀਆ ਵੱਲੋਂ ਸਾਰੀ ਇਨਫੋਰਮੇਸ਼ਨ ਨੂੰ ਲੋਕਾਂ ਤੱਕ ਕਿਸ ਤਰੀਕੇ ਪਹੁੰਚਾਉਣਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਦਾ ਫਾਇਦਾ ਲੈ ਸਕਣ ਸੋ ਜਿੱਥੇ ਮੈਂ ਧੰਨਵਾਦੀ ਹਾਂ ICMR ਦਾ ਡਾਕਟਰ ਰਾਮਾਕ੍ਰਿਸ਼ਨਾ ਦਾ ਮੈਂ ਧੰਨਵਾਦੀ ਹਾਂ DMC ਮੈਨੇਜਮੈਂਟ ਸ਼੍ਰੀ ਪ੍ਰੇਮ ਗੁਪਤਾ ਜੀ ਦਾ ਡਾਕਟਰ ਵਾਂਡਰ ਦਾ ਡਾਕਟਰ ਵਿਸ਼ਮ ਮੋਹਨ ਦਾ ਸਾਡੇ DC ਸਾਹਿਬ ਦਾ ਜਿਨ੍ਹਾਂ ਨੇ ਸਾਰੀਆਂ ਜਿਹੜੀਆਂ ਗਵਰਨਮੈਂਟ ਆਰਗਨਾਈਜੇਸ਼ਨਸ ਨੇ ਉਹ ਨਾਲ ਇਹਨਾਂ ਦੇ ਜੋੜੀਆਂ ਨੇ ਅਤੇ ਜੋ ਉਪਰਾਲਾ ਅੱਜ ਸ਼ੁਰੂ ਹੋ ਰਿਹਾ ਹੈ ਮੈਂ ਦੁਆ ਕਰਦਾ ਔਰ ਉਮੀਦ ਕਰਦਾ ਕਿ ਬੜਾ ਬਾਖੂਬੀ ਸਕਸੈਸਫੁਲ ਹੋਏਗਾ ਮੈਂ ਹੁਣ ਰਿਕੁਐਸਟ ਕਰੂੰਗਾ ਡਾਕਟਰ ਸਾਹਿਬ ਨੂੰ ਉਹ ਥੋੜ੍ਹਾ ਜਿਹਾ ਬਰੀਫਿੰਗ ਲੋਕਾਂ ਦੇ ਫਾਇਦੇ ਲਈ ਲੋਕਾਂ ਤਾਈਂ ਸਹੀ ਇਨਫੋਰਮੇਸ਼ਨ ਪਹੁੰਚੇ ਉਹ ਤੁਹਾਨੂੰ ਜ਼ਰੂਰ ਦੇ ਇਹਦਾ ਮਤਲਬ ਹੁੰਦਾ ਕਿ ਜਿਹੜੀ ਖੂਨ ਦੀ ਜਿਹੜੀ ਨਾੜੀ ਹੈ ਹਾਰਟ ਦੀ ਉਹ ਬੰਦ ਹੋ ਜਾਂਦੀ ਹੈ ਅਤੇ ਆਪਾਂ ਨੂੰ ਪਤਾ ਕਿ ਹਾਰਟ ਅਟੈਕ ਜਦੋਂ 100% ਨਾੜੀ ਬੰਦ ਹੁੰਦੀ ਹੈ ਜੇ ਉਹਨੂੰ ਅਸੀਂ ਕਲੋਟ ਜੰਮ ਜਾਂਦਾ ਜੇ ਉਸ ਕਲੋਟ ਨੂੰ ਆਪਾਂ ਬਸਟ ਨਾ ਕਰੀਏ ਕੈਮੀਕਲੀ ਕਿਸੇ ਸਟਰੋਂਗ ਦਵਾਈ ਨਾਲ ਜਾਂ ਮਕੈਨੀਕਲੀ ਸਟੈਂਡ ਨਾਲ ਤਾਂ ਉਹਦੇ ਵਿੱਚ ਜਿਹੜੀ ਲਾਈਫ ਨੂੰ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਜਾਂ ਜੇ ਲਾਈਫ ਨੂੰ ਖਤਰਾ ਨਹੀਂ ਹੁੰਦਾ ਤਾਂ ਉਹਨਾਂ ਦੇ ਹਾਰਟ ਦੇ ਮਸਲਸ ਖਰਾਬ ਹੋ ਜਾਂਦੇ ਆ ਅਤੇ ਪਰਮਾਨੈਂਟਲੀ ਪੇਸ਼ੈਂਟ ਜਿਹੜਾ ਹੈਗਾ ਉਹਦਾ ਹਾਰਟ ਡੈਮੇਜ ਦੇ ਨਾਲ ਵਾਰ ਵਾਰ ਹਸਪਤਾਲ 'ਚ ਦਾਖਲ ਆ ਜਾਂਦਾ ਅਤੇ ਕਈ ਜਾਨਾਂ ਵੀ ਜਾਂਦੀਆਂ ਨੇ ਇਹਦੇ ਵਿੱਚ ਉਸਨੂੰ 3 ਚੀਜ਼ਾਂ ਨੇ ਜੋ ਅਸੀਂ ਦੇਖੀਆਂ ਕਿ ਹਾਰਟ ਅਟੈਕ ਦੇ ਜਿਹੜੇ ਸਿਮਟਮ ਨੇ ਜਿੱਦਾਂ ਕਿ ਭਾਰੀਪਨ ਹੋਣਾ ਗੈਸ ਦਾ ਬਣਨਾ ਜਲਨ ਹੋਣੀ ਇੱਥੇ ਮੋਢੇ 'ਚ ਦਰਦ ਹੋਣਾ ਜੇ ਲਗਾਤਾਰ ਉਹ ਦਰਦ ਹੈ ਦੰਦਾਂ 'ਚ ਦਰਦ ਹੋਣਾ ਇਹਨਾਂ ਨੂੰ ਅਕਸਰ ਲੋਕ ਇਸ ਨੂੰ ਇਗਨੋਰ ਕਰ ਦਿੰਦੇ ਨੇ ਇਗਨੋਰ ਕਰਕੇ ਇਹਨੂੰ ਗੈਸਟ੍ਰਾਈਟਸ ਸਮਝਦੇ 33% ਤੋਂ ਜ਼ਿਆਦਾ ਲੋਕ ਇਹਨੂੰ ਗੈਸਟ੍ਰਾਈਟਸ ਸਮਝਦੇ ਗੈਸ ਦੀ ਬਿਮਾਰੀ ਅਤੇ ਲੋਕ ਆਉਂਦੇ ਨਹੀਂ ਅਤੇ ਇਹਦੇ ਇੱਕ ਹੀ ਹੈ ਕਿ ਹਾਰਟ ਅਟੈਕ 'ਚ ਜੇ ਤੁਸੀਂ ਪਹਿਲੇ 3 ਘੰਟਿਆਂ 'ਚ ਆ ਜਾਂਦੇ ਹੋ ਤਾਂ ਤੁਸੀਂ 95% ਜਾਨਾਂ ਬਚਾ ਸਕਦੇ ਹੋ ਜੇ 6 ਘੰਟਿਆਂ 'ਚ ਆ ਜਾਂਦੇ ਹੋ ਤਾਂ 80% ਜਾਨਾਂ ਅਤੇ ਜੇ 12 ਘੰਟਿਆਂ ਤੋਂ ਬਾਅਦ ਆ ਜਾਂਦੇ ਹੋ ਤਾਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਓ ਚਾਹੇ ਨਾ ਆਓ ਤਾਂ ਕਿਉਂਕਿ ਜਿਹੜੀ ਡੈਥਸ ਹੈਗੀਆਂ ਉਹ ਬਹੁਤ ਜ਼ਿਆਦਾ ਮੈਜੋਰਿਟੀ ਹੋ ਜਾਂਦੀਆਂ ਨੇ ਸੋ ਬਹੁਤ ਘੱਟ ਚਾਂਸ ਹੁੰਦੇ ਆ ਕਿ 12 ਘੰਟਿਆਂ ਤੋਂ ਬਾਅਦ ਬੈਨੀਫਿਟ ਹੋਏਗਾ ਸੋ ਸਮੇਂ ਹੀ ਸਭ ਤੋਂ ਇੰਪੋਰਟੈਂਟ ਹੈ ਜ਼ਿਆਦਾਤਰ ਸਮੇਂ ਖਰਾਬ ਹੁੰਦਾ ਕਿ ਪੇਸ਼ੈਂਟ ਜਿਹੜਾ ਹੈਗਾ ਸਿਮਟਮ ਤਾਂ ਹੁੰਦੇ ਆ ਲੇਕਿਨ ਆਪਣਾ ਟੈਸਟ ਕਰਾਉਣ ਨਹੀਂ ਜਾਂਦਾ ਇਹਦੇ ਵਿੱਚ ਹਾਰਟ ਅਟੈਕ ਮੇਜਰ ਹਾਰਟ ਅਟੈਕ ਸਭ ਤੋਂ ਵਧੀਆ ਟੈਸਟ ਹੁੰਦਾ ECG ਜੇ ਹਾਰਟ ਅਟੈਕ ਜਿਹੜਾ ਮੇਜਰ ਹਾਰਟ ਅਟੈਕ ਹੈ ਉਹਦੇ ਵਿੱਚ 2 ECGਆਂ ਨੋਰਮਲ ਹਨ ਤਾਂ ਹਾਰਟ ਅਟੈਕ ਦੇ ਚਾਂਸ ਘੱਟ ਹੁੰਦੇ ਨੇ ਤਾਂ ਉਸਨੂੰ ਪੇਸ਼ੈਂਟ ਨੂੰ ਦੂਸਰੀ ਤਰ੍ਹਾਂ ਦਵਾਈਆਂ ਦਿੱਤੀਆਂ ਜਾਂਦੀਆਂ ਦੂਸਰਾ ਹੁੰਦਾ ਕਿ ECG ਦੀ ਉਪਲਬਧਤਾ ਜਿਹੜੀ ਹੈਗੀ ਹੈ ਸਾਡੇ ਗੌਰਮੈਂਟ ਸੈਕਟਰ ਦੇ ਕਈ ਚੈਰੀਟੇਬਲ ਸੈਕਟਰ ਦੇ ਵਿੱਚ ਅਵੇਲੇਬਲ ਨਹੀਂ ਹੁੰਦੀ ਉਹਦੇ ਵਾਸਤੇ ICMR ਨੇ ਇੱਕ ਪ੍ਰੋਜੈਕਟ ਬਣਾਇਆ ਜਿਹਦੇ ਵਿੱਚ ਉਹਨਾਂ ਨੇ ਲੁਧਿਆਣਾ ਡਿਸਟ੍ਰਿਕਟ ਚੂਜ਼ ਕੀਤਾ ਅਤੇ ਸਾਡੇ ਜਿਹੜੇ ਡਾਇਰੈਕਟਰ ਹੈਲਥ ਸਰਵਿਸਿਜ਼ ਡਾਕਟਰ GB ਸਿੰਘ ਉਹਨਾਂ ਦੀ ਮਦਦ ਨਾਲ ਪੂਰਾ ਜਿਹੜਾ ਸਰਕਾਰੀ ਖੇਤਰ ਸੀਗਾ ਉਹਦੇ 7 ਸੈਂਟਰ ਜਿਹੜੇ ਮੇਨ ਸੀਗੇ ਜਿਹੜਾ ਕਿ ਪੂਰਾ ਲੁਧਿਆਣਾ ਦੀ ਜਿਹੜੀ ਰੂਰਲ ਪਾਪੂਲੇਸ਼ਨ ਹੈ ਉਹਨੂੰ ਕਵਰ ਕਰੇਗਾ ਉਹਦੇ ਵਿੱਚ ਉਹਨਾਂ ਦੇ ਸਾਰੇ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਗਈ ਪਹਿਲਾਂ ਕਿੱਦਾਂ ECG ਪੜ੍ਹਨੀ ਹੈ ਕਿੱਦਾਂ ECG ਕਰਨੀ ਹੈ ECG ਦੀ ਮਸ਼ੀਨਾਂ ਕਿੱਦਾਂ ਉਪਲਬਧ ਕਰਾਈਆਂ ਗਈਆਂ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਇੰਜੈਕਸ਼ਨ ਹੈ ਉੱਥੇ ਮੁਹੱਈਆ ਕਰਾ ਦਿੱਤਾ ਗਿਆ ਤਾਂ ਲੋਕ ਜਿਨ੍ਹਾਂ ਨੂੰ ਵੀ ਇਸ ਤਰ੍ਹਾਂ ਦੇ ਸਿਮਟਮਸ ਹੈ ਉਹਨਾਂ ਨੂੰ ਇਗਨੋਰ ਨਾ ਕਰਨ ਕਿਉਂਕਿ ਇਹਦੇ ਵਿੱਚ ਜਿਹੜਾ ਟਾਈਮ ਹੈ ਉਹ ਟਾਈਮ ਹੀ ਗੋਲਡਨ ਆਰ ਹੈ
समय है तो लाइफ है, अगर समय से बाद जाओगे तो लाइफ में भी खतरा है, वो हार्ट के मसल्स में भी खतरा है। इस करके जिन्ना जल्दी अपने नियर बाय जड़े सी थोनों सेंटर दसे हैं या होर भी जो वो सेंटर अवेलेबल नहीं तो कोई भी अपने नियर बाय सेंटर नू सिम्पटम्स नू अपने नू इग्नोर ना करो। सब तो इंपॉर्टेंट ECG कराओ, ECG तो डरो ना। ECG दे विच जिहड़े साडे एक्सपर्ट ग्रुप है वो थोड़ी हैल्प करनगे डायग्नोसिस करन वास्ते। जे मेजर हार्ट अटैक हुंदा है तां मुरली सहायता दे नाल वो एक महंगा इंजैक्शन लगा के उन्हूं खून पतले की दवाई देंगे जिहदे कि बहुत घट रिस्क हुंदे है। ये नहीं है कि रिस्क फ्री है पर वो घट रिस्क हुंदे है, बहुत ज़्यादा फायदे बहुत ज़्यादा ने जिदा आपां बाकी इंजैक्शनां च भी देखते हैं। तो उन्होंने कुछ ग्रुप च नहीं देना चाहिए, वो साडी सारी टीम नूं पूरा अवेलेबल है क्योंकि उन्होंने कोल मैनुअल उपलब्ध है। 3 घंटे तो बाद उन्होंने असं जे हार्ट के जो एक्सपर्ट एडवांस सेंटर है उन्होंने रैफर कर सकते हैं क्योंकि साडा समय बच जाता है, जोड़ा कीमती समय है उसी पहला टाइम ना लगा लो। जिस तरह तुम देखिए कि DMC मैनेजमेंट वालों ICM मार्क प्रोजेक्ट की भी लॉन्चिंग की गई और लॉन्चिंग के इतने अज कैबिनेट मंत्री भारत भूषण आशू जी भी मौजूद ने, तो उन्हों का कहना है कि DMC मैनेजमेंट वालों जोड़ा उपराला किया गया है बहुत वधिया किया गया है, तो इस तरह सबनों अगे आना चाहिए। तो उन्होंने दसिया कि जोड़ा उपराला किया गया इस जरा हार्ट अटैक के पेशेंट्स ने जिन्होंने डायग्नोज ने उन्होंने अगर पेशेंट टाइम पर पहुँच जाता तो उन्होंने 30,000 का जोड़ा इंजैक्शन है फ्री ऑफ कॉस्ट दिता जाएगा, प्रोवाइड किया जाएगा। तो इदा दिया होर अपडेट्स नाल जानने लिए देखते रहो जनहित ऐशी। यदि आपको हमारी ये वीडियो पसंद आई तो हमारे चैनल को लाइक शेयर और सब्सक्राइब करें, ऐसी और अपडेट्स देखने के लिए बेल आइकॉन जरूर दबाएं।